ਆਮ ਤੌਰ ਤੇ ਜਦੋਂ ਫੋਨ ਆ ਜਾਂਦਾ ਤਾਂ ਸ਼ਿਕਾਇਤਾਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿ ਇਹ ਜਿਹੜਾ ਹੈਗਾ ਕੰਮ ਇੱਥੇ ਚੱਲ ਪਹਿਲਾਂ ਤੋਂ ਚੱਲ ਚੁੱਕੇ ਨੇ, ਜਿਹਨਾਂ ਦਾ ਟੈਂਡਰ ਪ੍ਰੋਸੀਜਰ ਕੰਪਲੀਟ ਹੋ ਚੁੱਕਿਆ ਔਰ ਉਹ ਫੀਲਡ ਦੇ ਵਿੱਚ ਵੀ ਕੰਮ ਜਿਹੜੇ ਹੈਗੇ ਨੇ ਮੌਕੇ ਤੇ ਸਟਾਰਟ ਹੋ ਚੁੱਕੇ ਨੇ, ਉਹ ਕੰਮ ਜਿਹੜੇ ਨੇ ਜਾਰੀ ਰਹਿਣਗੇ। ਇਸ ਤੋਂ ਇਲਾਵਾ ਹੁਣ ਅਸੀਂ ਪਿੰਗ ਬੂਥ ਵੀ ਬਣਾਵਾਂਗੇ ਤੇ ਪਿੰਗ ਪ੍ਰਤੀ ਹੋਟਲ ਦੇ ਲਿੰਕ ਜਿਹੜੇ ਹੈਗੇ ਨੇ ਉਹ ਬਣਾਏ ਜਾ ਸਕਦੇ। ਤੁਹਾਡੇ ਮਾਧਿਅਮ ਰਾਹੀਂ ਵੀ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦੀ ਹਾਂ ਕਿ ਸਾਰੇ ਆਪਣੇ ਆਪਣੇ ਹਥਿਆਰ ਜਿਹੜੇ ਨੇ ਉਹ ਜਮ੍ਹਾਂ ਕਰਾਂ। ਇਹਦੇ 'ਚ ਕਈ ਵਾਰ ਲੋਕ ਇਹ ਕਹਿੰਦੇ ਨੇ ਕਿ ਸਾਡਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ, ਅਸੀਂ ਕਿਉਂ ਜਮ੍ਹਾਂ ਕਰਾਂ। ਇਸ ਤੋਂ ਇਲਾਵਾ ਮੈਂ ਆਪ ਸਭ ਨੂੰ ਇਹ ਵੀ ਅਪੀਲ ਕਰਾਂਗੀ ਕਿ ਤੁਸੀਂ ਕਿਸੇ ਵੀ ਲਾਲਚ ਦੇ ਵਿੱਚ ਆ ਕੇ ਜਾਂ ਕਿਸੇ ਦੇ ਭਰਮਾਏ ਦੇ ਵਿੱਚ ਆ ਕੇ ਵੋਟ ਨਹੀਂ ਪਾਉਣੀ, ਬਲਕਿ ਆਪਣਾ ਜੋ ਹੈ ਆਪਣਾ ਇੰਡੀਵਿਜੁਅਲ ਕਪੈਸਿਟੀ, ਆਪਣਾ ਦਿਮਾਗ ਲਗਾਉਂਦੇ ਹੋਏ ਆਪਣੀ ਸੋਚ ਦੇ ਨਾਲ ਤੁਸੀਂ ਵੋਟ ਪਾਉਣੀ ਹੈ, ਅਤੇ ਕਿਸੇ ਲਾਲਚ ਦੇ ਨਾਲ। ਬਰਨਾਲਾ ਜ਼ਿਲ੍ਹਾ ਦੇ ਸਾਰੇ ਜਿੰਨੇ ਵੀ ਵੋਟਰਸ ਨੇ ਉਹਨਾਂ ਨੂੰ ਮੈਂ ਡਿਸਟ੍ਰਿਕਟ ਇਲੈਕਸ਼ਨ ਆਫਿਸਰ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਆਪ ਸਭ ਨੂੰ ਦੱਸਣਾ ਚਾਹੁੰਦੀ ਹਾਂ ਕਿ ਜਿਸ ਤਰ੍ਹਾਂ ਆਪ ਸਭ ਨੂੰ ਪਤਾ ਹੈ ਕਿ ਮਾਨਯੋਗ ਚੋਣ ਕਮਿਸ਼ਨ ਵੱਲੋਂ ਚੋਣਾਂ ਦੀ ਜਿਹੜੀ ਲੋਕ ਸਭਾ ਦੀ ਚੋਣਾਂ ਦੀ ਅਨਾਊਂਸਮੈਂਟ ਕੀਤੀ ਜਾ ਚੁੱਕੀ ਹੈ ਅਤੇ ਉਹਦੇ ਨਾਲ ਹੀ ਮਾਡਲ ਕੋਡ ਆਫ ਕੰਡਕਟ ਹੈ ਜਿਹੜਾ ਇਨਫੋਰਸ ਦੇ ਵਿੱਚ ਆ ਚੁੱਕਿਆ ਹੈ। ਮੈਂ ਅੱਜ ਆਪ ਸਭ ਨੂੰ ਅਪੀਲ ਕਰਨਾ ਚਾਹੁੰਦੀ ਹਾਂ ਕਿ ਜਿੰਨੇ ਵੀ ਅਸਲਾ ਧਾਰਕ ਨੇ ਸਾਡੇ ਜ਼ਿਲ੍ਹੇ ਦੇ ਵਿੱਚ ਉਹਨਾਂ ਨੂੰ ਆਪ ਸਭ ਨੂੰ ਇਸ ਡਿਜੀਟਲ ਮੀਡੀਆ ਰਾਹੀਂ ਮੈਂ ਅਪੀਲ ਕਰਨਾ ਚਾਹੁੰਦੀ ਹਾਂ ਕਿ ਉਹ ਆਪਣਾ ਅਸਲਾ ਜੋ ਹੈ ਸਾਡੇ ਕੋਲ ਜਮ੍ਹਾਂ ਕਰਾਉਣ ਤਾਂ ਕਿ ਇਲੈਕਸ਼ਨ ਕੈਂਪੇਨ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਅਨਸੁਖਾਵੀ ਘਟਨਾ ਨਾ ਹੋ ਜਾਏ ਅਤੇ ਕੋਈ ਅਸਲਾ ਜਿਹੜਾ ਹੈਗਾ ਕਿਸੇ ਤਰੀਕੇ ਦੇ ਨਾਲ ਮਿਸਯੂਜ਼ ਨਾ ਹੋ ਸਕੇ। ਸੋ ਇਹ ਸਾਰਿਆਂ ਨੂੰ ਆਪ ਜੀ ਨੂੰ ਅਪੀਲ ਹੈ ਕਿ ਆਪਣਾ ਅਸਲਾ ਜਿਹੜਾ ਹੈਗਾ ਜਾਂ ਤਾਂ ਤੁਸੀਂ ਕਿਸੇ ਵੀ ਜਿਹੜੇ ਅਸਲਾ ਡੀਲਰ ਨੇ ਉਹਨਾਂ ਕੋਲ ਜਮ੍ਹਾਂ ਕਰਾ ਸਕਦੇ ਹੋ ਜਾਂ ਪੁਲਿਸ ਥਾਣੇ ਦੇ ਵਿੱਚ ਜਮ੍ਹਾਂ ਕਰਾ ਸਕਦੇ ਹੋ। ਇਸ ਤੋਂ ਇਲਾਵਾ ਮੈਂ ਇਹ ਵੀ ਕਹਾਂਗੀ ਕਿ ਹੁਣ ਜਿਹੜੇ ਕੋਈ ਵੀ ਆਪਣਾ ਕੈਸ਼ ਕੈਰੀ ਕਰਦਾ ਹੈ ਤਾਂ 50,000 ਤੋਂ ਉੱਪਰ ਜੇਕਰ ਤੁਸੀਂ ਕੈਸ਼ ਕੈਰੀ ਕਰਦੇ ਹੋ ਤਾਂ ਉਹਦੇ ਦਸਤਾਵੇਜ਼ ਨਾਲ ਜ਼ਰੂਰ ਰੱਖੇ ਜਾਣ ਤਾਂ ਕਿ ਆਪ ਨੂੰ ਕਿਸੇ ਤਰੀਕੇ ਦੀ ਕੋਈ ਤੰਗੀ ਨਾ ਆਏ। ਅਸੀਂ ਆਪਣੀਆਂ ਟੀਮਸ ਨੂੰ ਅੱਛੇ ਤਰੀਕੇ ਨਾਲ ਸਮਝਾਇਆ ਹੈ ਕਿ ਜੇ ਕੋਈ ਨਾਗਰਿਕ ਜੋ ਹੈ ਕੈਸ਼ ਲੈ ਕੇ ਜਾ ਰਿਹਾ, ਉਸਦਾ ਕਿਸੇ ਤਰੀਕੇ ਦਾ ਬਿਜ਼ਨਸ ਹੈ, ਆਪਣੇ ਬੈਂਕ ਤੋਂ ਲੈ ਕੇ ਆ ਰਿਹਾ, ਉਹਦੇ ਕੋਲ ਡਾਕੂਮੈਂਟਸ ਹੈ, ਤਾਂ ਉਹਨਾਂ ਨੂੰ ਜੋ ਡਾਕੂਮੈਂਟ ਦੇਖਣ ਤੋਂ ਬਾਅਦ 'ਚ ਉਹਨਾਂ ਦਾ ਜਿਹੜਾ ਹੈਗਾ ਕੈਸ਼ ਉਹ ਰਿਲੀਜ਼ ਕਰ ਦਿੱਤਾ ਜਾਏ। ਅਤੇ ਫਿਰ ਵੀ ਜੇਕਰ ਆਪ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਸਾਡੇ ਕੋਲੋਂ ਵੱਲੋਂ ਜ਼ਿਲ੍ਹਾ ਪੱਧਰ ਦੇ ਉੱਤੇ ਇੱਕ ਕਮੇਟੀ ਦਾ ਗਠਿਤ ਕੀਤਾ ਗਿਆ ਹੈ ਜਿਹਦੇ 'ਚ ADC ਜਨਰਲ ਜੋ ਹਨ ਸਾਡੇ ਨੋਡਲ ਆਫਿਸਰ ਹੈ, ਤਾਂ ਆਪ ਆਪਣੀ ਅਪੀਲ ਉਹਨਾਂ ਤੱਕ ਕਰ ਸਕਦੇ। ਜ਼ਿਲ੍ਹੇ 'ਚ ਕਿੰਨੇ ਵੋਟਰ ਨੇ ਜੀ ਅਤੇ ਪੋਲਿੰਗ ਬੂਥ ਕਿੰਨੇ ਬਣੇ ਹੋਏ ਜੀ? ਸਾਡੇ ਜ਼ਿਲ੍ਹੇ ਦੇ ਵਿੱਚ 487,824 ਟੋਟਲ ਤਿੰਨੋਂ ਹਲਕਿਆਂ ਦੇ ਸਾਡੇ ਵੋਟਰ ਹੈਗੇ ਨੇ ਔਰ ਸਾਡੇ ਟੋਟਲ ਜਿਹੜੇ ਪੋਲਿੰਗ ਬੂਥ ਹੈਗੇ ਨੇ ਉਹ 558 ਨੇ ਔਰ ਟੋਟਲ ਪੋਲਿੰਗ ਲੋਕੇਸ਼ਨਾਂ 273 ਨੇ। ਲੇਡੀਜ਼ ਵਾਸਤੇ ਹੋਣਗੇ, ਉਸ ਤੋਂ ਇਲਾਵਾ ਜਿਹੜੇ PWD ਵੋਟਰਸ ਨੇ ਉਹਨਾਂ ਵਾਸਤੇ ਸਪੈਸ਼ਲ ਜਿਹੜੇ ਬੂਥ ਬਣਾਏ ਜਾਣਗੇ। ਅਤੇ ਮੈਂ ਸਾਰੇ ਨਾਗਰਿਕਾਂ ਨੂੰ ਅਪੀਲ ਕਰਾਂਗੀ ਕਿ ਅਸੀਂ ਵੀ ਆਪਣੀ ਸਵੀਪ ਐਕਟੀਵਿਟੀ ਜਿਹੜੀ ਹੈ ਜਾਰੀ ਕਰ ਰਹੇ ਹਾਂ ਅਤੇ ਵੋਟ ਪਾਉਣਾ ਹਰੇਕ ਦਾ ਅਧਿਕਾਰ ਹੈ। ਤਾਂ ਸਭ ਤੋਂ ਤੁਹਾਨੂੰ ਪਤਾ ਹੈ ਕਿ ਚੋਣਾਂ ਦੀ ਜਿਹੜੀ ਤਰੀਕ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਮਿੱਥੀ ਜਾ ਚੁੱਕੀ ਹੈ ਅਤੇ ਸਾਰੇ ਆਪਣਾ ਵੋਟ ਪਾਉਣ ਨੂੰ ਜ਼ਰੂਰ ਆਉਣ। ਇਸ ਤੋਂ ਇਲਾਵਾ ਮੈਂ ਆਪ ਸਭ ਨੂੰ ਇਹ ਵੀ ਅਪੀਲ ਕਰਾਂਗੀ ਕਿ ਤੁਸੀਂ ਕਿਸੇ ਵੀ ਲਾਲਚ ਦੇ ਵਿੱਚ ਆ ਕੇ ਜਾਂ ਕਿਸੇ ਦੇ ਭਰਮਾਏ ਦੇ ਵਿੱਚ ਆ ਕੇ ਵੋਟ ਨਹੀਂ ਪਾਉਣੀ, ਬਲਕਿ ਆਪਣਾ ਜੋ ਹੈ ਆਪਣਾ ਇੰਡੀਵਿਜੁਅਲ ਕਪੈਸਿਟੀ, ਆਪਣਾ ਦਿਮਾਗ ਲਗਾਉਂਦੇ ਹੋਏ ਆਪਣੀ ਸੋਚ ਦੇ ਨਾਲ ਤੁਸੀਂ ਵੋਟ ਪਾਉਣੀ ਹੈ ਅਤੇ ਕਿਸੇ ਲਾਲਚ ਦੇ ਨਾਲ ਵੋਟ। ਜਿਹੜੇ ਪਹਿਲੀ ਵਾਰ ਵੋਟ ਪਾਉਣਗੇ ਜੀ ਉਹਨਾਂ ਲਈ ਕੋਈ ਵਿਸ਼ੇਸ਼ ਉਪਰਾਲਾ ਜੀ? ਉਹਨਾਂ ਨੂੰ ਅਸੀਂ ਵੋਟਾਂ ਦੇ ਉੱਤੇ ਬੂਥਸ ਦੇ ਉੱਤੇ ਸਰਟੀਫਿਕੇਟ ਦਿਆਂਗੇ ਸਾਰੇ ਸਾਡੇ ਫਸਟ ਵੋਟਰਸ ਨੂੰ।
ਮੈਂ ਕੋਈ ਰਜਿਸਟਰੀ ਵਗੈਰਾ ਕਰਾਉਣ ਆਉਂਦਾ ਉਹਦੇ ਲਈ ਮਤਲਬ ਜਿਵੇਂ 50,000 ਰੁਪਏ ਚਾਹੀਦੇ ਤਾਂ ਉਹਦੇ ਲਈ ਕੀ ਲੈ ਕੇ ਆਵੇ? ਉਹਨੇ ਬੈਂਕ ਤੋਂ ਕਢਾਏ ਹੋਣਗੇ ਜੀ ਆਪਣੇ ਪੈਸੇ, ਜਾਂ ਕਿਸੇ ਤੋਂ ਜੇ ਲੋਨ ਵੀ ਲਿਆ ਤਾਂ ਉਹਦੇ ਡਾਕੂਮੈਂਟ ਨਾਲ ਹੋਣੇ ਚਾਹੀਦੇ। ਮੈਡਮ ਕਿੰਨੇ ਤਰੀਕ ਤੱਕ ਲਾਗੂ ਰਹਿਣਾ ਜੀ ਇਹ? ਟਿਲ ਦਾ ਕੰਪਲੀਸ਼ਨ ਆਫ ਇਲੈਕਸ਼ਨ ਤੱਕ ਲਾਗੂ ਰਹੇਗਾ, 6 ਜੂਨ ਤੱਕ। ਤੇ ਮੈਡਮ ਜਿਹੜੀ ਕੰਮ ਵਗੈਰਾ ਚੱਲ ਰਹੀ ਹੈ ਜਿਵੇਂ ਸਰਕਾਰੀ ਕੰਮ ਚੱਲ ਰਿਹਾ, ਆਨਗੋਇੰਗ ਕੰਮ ਨੇ ਜੀ, ਉਹਨਾਂ ਦੇ ਉੱਤੇ ਕੋਈ ਰੋਕ ਨਹੀਂ ਹੈ। ਜਿਹੜੇ ਮੌਕੇ ਦੇ ਉੱਤੇ ਕੰਮ ਸਟਾਰਟ ਹੋ ਚੁੱਕੇ ਨੇ, ਟੈਂਡਰ ਹੋ ਚੁੱਕਿਆ ਤੇ ਮੌਕੇ ਦੇ ਉੱਤੇ ਕੰਮ ਸਟਾਰਟ ਹੋ ਚੁੱਕਿਆ, ਉਹਨਾਂ ਦੇ ਉੱਤੇ ਕੋਈ ਰੋਕ ਨਹੀਂ ਹੈ। ਉਹ ਕੰਮ ਉਸੇ ਤਰੀਕੇ ਦੇ ਨਾਲ ਚੱਲਦੇ ਰਹਿਣਗੇ, ਅਤੇ ਜਿਹੜੇ ਕੰਮ ਹਾਲੇ ਚਾਲੂ ਨਹੀਂ ਹੋਏ ਉਹ ਨਾ ਜਾਰੀ ਨਹੀਂ ਹੋਣਗੇ। ਜੀ ਹਾਂ, ਬਣ ਰਹੇ ਨੇ ਵੋਟ, ਹਾਲੇ ਵੀ ਤੁਸੀਂ ਆਪਣਾ ਫਾਰਮ ਭਰ ਸਕਦੇ। 3 ਜੂਨ ਤੱਕ ਚੱਲੇਗਾ ਮਾਡਲ ਕੋਡ ਆਫ ਕੰਡਕਟ ਐਕਟ। ਇਹਦੇ 'ਚ ਤੁਸੀਂ ਸਾਰਿਆਂ ਨੂੰ ਸ਼ਡਿਊਲ ਮਿਲ ਹੀ ਗਿਆ ਹੋਣਾ, ਪਰ ਫਿਰ ਵੀ ਮੈਂ ਸਭ ਨੂੰ ਦੱਸ ਦਿੰਦੀ ਹਾਂ ਕਿ ਨੋਟੀਫਿਕੇਸ਼ਨ ਜਿਹੜੀ ਹੈ ਇਸ਼ੂ ਇਹਦੀ 7/5 ਨੂੰ ਹੋਏਗੀ, ਅਤੇ ਡੇਟ ਆਫ ਨੋਮੀਨੇਸ਼ਨ 14 ਤੋਂ ਲੈ ਕੇ ਇਹਦੀ ਸਕਰੂਟਨੀ ਜਿਹੜੀ ਹੈ 15 ਤਰੀਕ ਨੂੰ ਹੋਏਗੀ, 15/5 ਨੂੰ। ਡੇਟ ਆਫ ਵਿਡਰੋਲ 17/5 ਹੈ, ਔਰ ਡੇਟ ਆਫ ਪੋਲ ਜਿਹੜੀ ਹੈ ਆਪਣੀ 1 ਜੂਨ ਹੈਗੀ। ਜਦ ਤੱਕ ਨੋਮੀਨੇਸ਼ਨ ਸਟਾਰਟ ਨਹੀਂ ਹੁੰਦੀਆਂ ਤਾਂ ਆਪਣਾ ਅਸੀਂ ਹਲੇ ਜਿਹੜੀਆਂ ਸਾਡੀਆਂ ਟੀਮਸ ਹੈਗੀਆਂ ਨੇ ਉਹ ਤਾਂ ਅਨਾਊਂਸਮੈਂਟ ਤੋਂ ਵੀ ਸਟਾਰਟ ਹੋ ਗਈਆਂ ਨੇ। ਸਾਡੀਆਂ FSTs ਜਿਹੜੀਆਂ ਨੇ ਉਹ ਅਨਾਊਂਸਮੈਂਟ ਦੇ ਨਾਲ ਅਸੀਂ ਸ਼ੁਰੂ ਕਰਤੀਆਂ ਨੇ। 3 ਸਾਡੇ ਅਸੈਂਬਲੀ ਹਲਕੇ ਪੈਂਦੇ ਨੇ, ਤਿੰਨਾਂ ਦੇ ਵਿੱਚ ਹੀ FSTs ਜਿਹੜੀਆਂ ਹੈਗੀਆਂ ਨੇ ਉਹ ਸ਼ੁਰੂ ਹੋ ਚੁੱਕੀਆਂ ਨੇ। ਗਾਈਡਲਾਈਨਸ ਨੇ ਉਹਦੇ ਵਿੱਚ ਕੀ ਕੁਛ ਆਉਂਦਾ। ਆਮ ਤੌਰ 'ਤੇ ਜਦੋਂ ਕੋਰਟ ਆ ਜਾਂਦਾ ਤਾਂ ਸ਼ਿਕਾਇਤਾਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿ ਇਹ ਜਿਹੜਾ ਹੈਗਾ ਕੰਮ ਇੱਥੇ ਚੱਲ ਰਿਹਾ, ਪਹਿਲਾਂ ਤੋਂ ਚੱਲ ਚੁੱਕੇ ਨੇ, ਜਿਨ੍ਹਾਂ ਦਾ ਟੈਂਡਰ ਪ੍ਰੋਸੀਜਰ ਕੰਪਲੀਟ ਹੋ ਚੁੱਕਿਆ, ਔਰ ਉਹ ਫੀਲਡ ਦੇ ਵਿੱਚ ਵੀ ਕੰਮ ਜਿਹੜੇ ਹੈਗੇ ਨੇ ਮੌਕੇ 'ਤੇ ਸਟਾਰਟ ਹੋ ਚੁੱਕੇ ਨੇ, ਉਹ ਕੰਮ ਜਿਹੜੇ ਨੇ ਜਾਰੀ ਰਹਿਣਗੇ। ਇਹ ਨਹੀਂ ਹੈ ਕਿ ਕੋਰਟ ਆ ਗਿਆ ਅਤੇ ਅਸੀਂ ਫਿਰ ਜਿਹੜੇ ਹੁਣ ਔਨਗੋਇੰਗ ਵਰਕਸ ਨੇ ਉਹ ਵੀ ਬੰਦ ਕਰ ਹੋ ਰਿਹਾ ਲਿਆ ਜਾਏ ਕਿ ਵੈਦਰ ਇਹ ਔਨਗੋਇੰਗ ਲਿਸਟ ਦੇ ਵਿੱਚ ਆਉਂਦਾ ਕਿ ਨਹੀਂ ਆਉਂਦਾ। ਉਸ ਤੋਂ ਬਾਅਦ ਚ ਹੀ ਆਪਾਂ ਜਿਹੜਾ ਹੈਗਾ ਆਪਣੀ ਅਗਲੀ ਕਾਰਵਾਈ ਦੇ ਵੱਲ ਚੱਲ ਸਕਦੇ ਹਾਂ। ਇਸ ਤੋਂ ਇਲਾਵਾ ਸਾਡੇ ਜੋ ਟੋਟਲ ਸਾਡੇ ਬੂਥ ਹੈਗੇ ਨੇ, ਸਾਡੇ ਬਰਨਾਲਾ ਦੀਆਂ 3 ਕੌਂਸਟੀਚੁਐਂਸੀਜ਼ ਦੇ ਵਿੱਚ ਸਾਡੇ ਟੋਟਲ 558 ਸਾਡੇ ਬੂਥ ਹੈਗੇ ਨੇ। ਟੋਟਲ ਲੋਕੇਸ਼ਨਸ 271 ਸਾਡੀਆਂ ਪੈਂਦੀਆਂ ਨੇ। ਤੇ ਚੋਣ ਤੋਂ ਪਹਿਲਾਂ ਵਰਨੇਬਿਲਿਟੀ ਕ੍ਰਿਟੀਕਲ ਬੂਥਸ ਦੀ ਚੋਣ ਕਰਨੀ ਹੁੰਦੀ ਹੈ, ਉਹ ਅਸੀਂ SSP ਸਾਹਿਬ ਦੇ ਨਾਲ ਮੀਟਿੰਗ ਕਰਕੇ ਅਸੀਂ ਸਾਰੇ ਵਰਨੇਬਿਲਿਟੀ ਵਗੈਰਾ ਆਪਣੀ ਵਰਕਆਊਟ ਕਰ ਚੁੱਕੇ ਹਾਂ। ਇਸ ਤੋਂ ਇਲਾਵਾ ਹੁਣ ਅਸੀਂ ਪਿੰਕ ਬੂਥ ਵੀ ਬਣਾਵਾਂਗੇ, ਅਤੇ PWD ਵੋਟਰਸ ਦੇ ਲਈ ਵੀ ਜਿਹੜੇ ਹੈਗੇ ਨੇ ਬੂਥ ਬਣਾਏ ਜਾਣ। ਸੋ ਅਸੀਂ ਪੋਲੀਟੀਕਲ ਪਾਰਟੀਜ਼ ਨਾਲ ਵੀ ਅੱਜ ਮੀਟਿੰਗ ਰੱਖੀ ਹੈ, ਉਹਨਾਂ ਨੂੰ ਵੀ ਸਾਰੀਆਂ ਜਿਹੜੀਆਂ ਮਾਡਲ ਕੋਡ ਆਫ ਕੰਡਕਟ ਦੀਆਂ ਗਾਈਡਲਾਈਨਸ ਨੇ ਅੱਜ ਅਸੀਂ ਸਾਰੀਆਂ ਸਾਡੇ ਵੱਲੋਂ ਕਨਵੇ ਕਰ ਦਿੱਤੀਆਂ ਜਾਣਗੀਆਂ। ਹੋਰ ਕੋਈ ਕਿਸੇ ਦੇ ਕੋਈ ਕੁਐਸਚਨਸ ਤੁਹਾਡੇ ਕਿ ਉਹ ਆਰਮਸ ਦਾ ਜਿਹੜਾ ਸਾਰਾ ਫੈਸਲਾ ਕਰੇਗੀ। ਅਸੀਂ ਵੈਸੇ 144 ਵੀ ਅੱਜ ਤੋਂ ਲਾਗੂ ਕਰ ਰਹੇ ਹਾਂ। ਤੁਹਾਡੇ ਮਾਧਿਅਮ ਰਾਹੀਂ ਵੀ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦੀ ਹਾਂ ਕਿ ਸਾਰੇ ਆਪਣੇ ਆਪਣੇ ਹਥਿਆਰ ਜਿਹੜੇ ਨੇ ਉਹ ਜਮ੍ਹਾਂ ਕਰਾਉਣ। ਇਹਦੇ 'ਚ ਕਈ ਵਾਰ ਲੋਕ ਇਹ ਕਹਿੰਦੇ ਨੇ ਕਿ ਸਾਡਾ ਤਾਂ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ, ਅਸੀਂ ਕਿਉਂ ਜਮ੍ਹਾਂ ਕਰਾਈਏ? ਲੇਕਿਨ ਹੁਣ ਜਿਵੇਂ ਇਲੈਕਸ਼ਨ ਹੋਣੀ ਹੈ ਤਾਂ ਰੈਲੀਜ਼ ਵੀ ਹੋਣਗੀਆਂ, ਕਾਫੀ ਵੱਡੇ ਪ੍ਰੋਸੈਸ਼ਨ ਵੀ ਨਿਕਲਣਗੇ। ਸੋ ਹੁਣ ਚਾਹੇ ਕੋਈ ਕ੍ਰਿਮੀਨਲ ਰਿਕਾਰਡ ਵਾਲਾ ਬੰਦਾ ਹੋਏ ਜਾਂ ਨਾ ਹੋਏ, ਉਹ ਇੱਕ ਪਰਟੀਕੁਲਰ ਕਰਾਊਡ ਦੇ ਵਿੱਚ ਕਿਸ ਤਰੀਕੇ ਨਾਲ ਬਿਹੇਵ ਕਰੇਗਾ, ਸੋ ਉਹਦਾ